ਸਾਡਾ ਗੁਰੂ ਗਿਆਨ ਚੈਨਲ ਤੁਸੀਂ ਆਪ ਵੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹਿਣਾ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ। ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਦਸਤਕ ਤੁਹਾਡੇ ਦਰਵਾਜ਼ੇ ਉੱਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ 2 ਮਹੀਨਿਆਂ ਤੋਂ ਇਹ ਕੰਟੀਨਿਊ ਸੀਰੀਜ਼ ਚੱਲ ਰਹੀ ਹੈ। ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਹਰ ਇੱਕ ਦੀ ਮੁੱਠੀ ਵਿੱਚ ਮੋਬਾਈਲ ਫੋਨ ਹੈ ਤੇ ਵੱਖ ਵੱਖ ਸ਼ਖਸੀਅਤਾਂ ਜੋ ਆਪਣੇ ਕਾਰੋਬਾਰ ਬਾਰੇ ਜੋ ਜੋ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਹਰ ਹਫ਼ਤੇ ਮਹਿਮਾਨ ਸਾਡੇ ਕੋਲ ਆਉਂਦੇ ਨੇ ਔਰ ਉਹ ਆਪਣੇ ਬਾਰੇ ਜਾਣਕਾਰੀ ਤੁਹਾਨੂੰ ਦਿੰਦੇ ਨੇ। ਅੱਜ ਤੁਹਾਡੇ ਮੋਬਾਈਲ ਫੋਨ ਰਾਹੀਂ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੇ ਹਨ। ਰੋਜ਼ਾਨਾ ਸ਼ਹਿਰ ਦੇ ਵਿੱਚ ਬੜਾ ਹੀ ਫੇਮਸ ਇਹਨਾਂ ਦਾ ਅਫੋਰਡੇਬਲ ਮੈਟਰਸ ਐਂਡ ਫਰਨੀਚਰ ਦੋ ਲੋਕੇਸ਼ਨ ਹਨ ਇਹਨਾਂ ਦੀਆਂ, ਗੁਰਿੰਦਰ ਦੀਪ ਸਿੰਘ ਗਿੱਲ। ਉਹ ਅੱਜ ਤੁਹਾਨੂੰ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਦੇਣਗੇ ਕਿਉਂਕਿ ਇਹਨਾਂ ਦਾ ਕਾਰੋਬਾਰ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਸਾਰਿਆਂ ਦਾ ਸੰਬੰਧ ਹੈ, ਸਾਰਿਆਂ ਨੂੰ ਉਸਦੀਆਂ ਲੋੜਾਂ ਨੇ। ਆਓ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਜੀਓ ਆਇਆਂ ਨੂੰ ਕਹੀਏ। ਵੀਰ ਜੀ, ਗੁਰਿੰਦਰ ਦੀਪ ਸਿੰਘ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਸਿੰਘ ਜੀ ਤੇ ਬਾਕੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਅੱਜ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਪ੍ਰੋਗਰਾਮ ਤੇ ਹਾਜ਼ਰ ਹੋਏ ਹੋ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਉਹਨਾਂ ਦੇ ਮੋਬਾਈਲ ਫੋਨ ਰਾਹੀਂ, ਉਹਨਾਂ ਦੇ ਲੈਪਟਾਪ ਰਾਹੀਂ, ਉਹਨਾਂ ਦੇ ਇਲੈਕਟ੍ਰੋਨਿਕ ਡਿਵਾਈਸਿਸ ਰਾਹੀਂ ਤੁਸੀਂ ਅੱਜ ਉਹਨਾਂ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਹੋ। ਬਹੁਤ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਤੁਹਾਨੂੰ ਜਾਣਦੇ ਨੇ, ਜਿਹੜੇ ਨਹੀਂ ਜਾਣਦੇ ਅੱਜ ਉਹਨਾਂ ਨੂੰ ਤੁਹਾਡੇ ਬਾਰੇ ਕਾਫੀ ਜਾਣਕਾਰੀ ਮਿਲਣੀ ਹੈ। ਸਭ ਤੋਂ ਪਹਿਲਾ ਸਵਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਵੀਰ ਜੀ ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਜੀ? ਰਾਮ ਸਿੰਘ ਜੀ, ਪੰਜਾਬ ਤੋਂ, ਮੇਰਾ ਜੱਦੀ ਪਿੰਡ ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ ਦੇ ਨਾਲ ਹੈ ਜੀ। ਜਗਰਾਉਂ ਮਤਲਬ ਆਪਾਂ ਰਾਏਪੁਰ ਵੱਲ ਨੂੰ ਜਾਂਦੇ ਹਾਂ, ਮੇਰਾ ਜੱਦੀ ਪਿੰਡ ਰੁੰਮੀ ਹੈ ਜੀ। ਉੱਥੇ ਮੈਂ ਜੰਮਿਆ ਪੜਿਆ, ਉੱਥੇ ਹੀ ਆਲਮੋਸਟ ਮੈਂ ਆਪਣੇ ਉਮਰ ਦੇ 18-19 ਸਾਲ ਪੂਰੇ ਕੀਤੇ। ਫਿਰ ਉਸ ਤੋਂ ਬਾਅਦ ਅਸੀਂ ਲੁਧਿਆਣਾ ਸ਼ਹਿਰ ਨੂੰ ਹੋ ਗਏ ਸੀ ਤੇ ਫਿਰ ਕੈਨੇਡਾ ਆਉਣ ਨੂੰ ਪਹਿਲਾਂ ਤੱਕ ਅਸੀਂ ਲੁਧਿਆਣੇ ਸੀ ਜੀ। ਓਕੇ, ਤੇ ਤੁਸੀਂ ਵੀ ਜੀ ਕੈਨੇਡਾ ਕਦੋਂ ਆਏ ਤੇ ਆਹ ਜਿਹੜਾ ਤੁਹਾਡਾ ਅਫੋਰਡੇਬਲ ਫਰਨੀਚਰ ਐਂਡ ਮੈਟਲਸ ਐਂਡ ਫਰਨੀਚਰ ਦਾ ਕੰਮ ਹੈ, ਇਹ ਕਦੋਂ ਸ਼ੁਰੂ ਕੀਤਾ ਤੇ ਕਦੋਂ ਤੁਸੀਂ ਕੈਨੇਡਾ ਆਏ? ਬਾਬੀ, ਕੈਨੇਡਾ ਮੈਂ 2014 ਦੇ ਵਿੱਚ ਮੂਵ ਹੋਇਆ ਜੀ। ਸੋ ਮਈ 2014 ਦੇ ਵਿੱਚ ਕੈਨੇਡਾ ਦੇ ਰੋਜ਼ਾਨਾ ਸ਼ਹਿਰ 'ਚ ਆਇਆ ਸੀ ਤੇ ਮੈਨੂੰ ਵਧੀਆ ਤੇ ਮੈਂ ਉਦੋਂ ਦਾ ਇੱਥੇ ਹੀ ਹਾਂ। ਜਿਹੜੇ ਅਫੋਰਡੇਬਲ ਮੈਟਰਸ ਦਾ ਪਹਿਲਾ ਸਟੋਰ ਜਿਹੜਾ ਸਾਡਾ 8th ਐਵਨਿਊ ਤੇ ਅਸੀਂ 2016 ਸਪਟੈਂਬਰ ਦੇ ਵਿੱਚ ਸ਼ੁਰੂ ਕੀਤਾ ਸੀ ਜੀ। ਓਕੇ ਵੀ ਜੀ, ਮੈਂ ਚਾਹਾਂਗਾ ਕਿ ਭਾਵੇਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਤੁਹਾਡੇ ਸਾਰੇ ਕੰਟੈਕਟ ਮਿਲ ਜਾਣੇ ਨੇ, ਪਰ ਮੈਂ ਚਾਹਾਂਗਾ ਕਿ ਫਿਰ ਵੀ ਤੁਸੀਂ ਤੁਹਾਡੀਆਂ ਜਿਹੜੀਆਂ ਦੋਨੋਂ ਲੋਕੇਸ਼ਨਸ ਨੇ ਇੱਕ ਵਾਰੀ ਦੋਨਾਂ ਦਾ ਤੁਸੀਂ ਐਡਰੈਸ ਵੀ ਦੱਸ ਦੇਵੋ, ਤੁਹਾਡੇ ਕੰਟੈਕਟ ਨੰਬਰ ਵੀ ਦੱਸ ਦੇਵੋ ਤੇ ਤੁਹਾਡੀ ਵੈਬਸਾਈਟ ਵੀ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸ ਦੇ। ਜੀ ਜੀ ਜ਼ਰੂਰ, ਸਾਡਾ ਜਿਹੜਾ ਪਹਿਲਾ ਮੇਨ ਸਟੋਰ ਹੈ ਜੀ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ, ਅਫੋਰਡੇਬਲ ਮੈਟਰਸ ਐਂਡ ਫਰਨੀਚਰ, ਇਹ 8th ਐਵਨਿਊ ਤੇ ਆਪਣਾ ਲਾਈਕ ਕਾਰਨਰ ਮਿਨੀਪੈਕ ਸਟਰੀਟ ਤੇ 8th ਐਵਨਿਊ ਦੇ ਕਾਰਨਰ ਤੇ ਹੈ, 1017 8th ਐਵਨਿਊ ਤੇ ਇੱਥੋਂ ਦਾ ਫੋਨ ਨੰਬਰ ਹੈਗਾ ਜੀ 306-975-7987 ਤੇ ਦੂਸਰੀ ਲੋਕੇਸ਼ਨ ਸਾਡੀ ਹੈਗੀ ਜੀ ਅਫੋਰਡੇਬਲ ਪ੍ਰੀਮੀਅਮ ਫਰਨੀਚਰ ਐਂਡ ਹੋਮ ਡੈਕੋਰ ਦੇ ਨਾਮ ਤੇ ਆ, ਉਹ ਸਾਡੀ ਹੈ 948 ਪਾਰਕ ਸਟਰੀਟ ਤੇ ਉੱਥੋਂ ਦਾ ਆਪਣਾ ਜਿਹੜਾ ਫੋਨ ਨੰਬਰ ਹੈ ਜੀ 306-525-2100। ਓਕੇ ਵੀਰ, ਨਾਲ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਤੁਸੀਂ ਦੋਨਾਂ ਚੋਂ ਕਿਹੜੀ ਲੋਕੇਸ਼ਨ ਤੇ ਹੁੰਦੇ ਹੋ ਤੇ ਦੂਸਰੀ ਲੋਕੇਸ਼ਨ ਤੇ ਕਿਹੜੇ ਵੀਰ ਨਹੀਂ ਹੁੰਦੇ ਨੇ? ਜੀ ਜੀ, ਵੈਸੇ ਤਾਂ ਵੀ ਅਸੀਂ ਲਾਈਕ ਵੇਟ ਕਰਦੇ ਰਹਿੰਦੇ ਹਾਂ ਕਿਉਂਕਿ ਦੋਨੇ ਲੋਕੇਸ਼ਨ ਦੇ ਵਿੱਚ ਅਸੀਂ ਦੋਨੋਂ ਨੇ, ਮੈਂ ਔਰ ਮੇਰੇ ਪਾਰਟਨਰ ਲਵਪ੍ਰੀਤ ਸਿੰਘ ਬਾਜੀ ਨੇ ਜਦੋਂ ਦਾ ਸ਼ੁਰੂ ਕੀਤਾ, ਅਸੀਂ ਆਲਮੋਸਟ ਛੋਟੀ ਤੋਂ ਲੈ ਕੇ ਵੱਡੀ ਚੀਜ਼ ਤੱਕ ਡਿਸਕਸ ਕਰਕੇ ਹੀ ਕਰਦੇ ਹਾਂ। ਸੋ ਅਸੀਂ ਸਵਿਚ ਕਰਦੇ ਹਾਂ, ਬਟ ਨੋਰਮਲੀ ਜ਼ਿਆਦਾਤਰ ਮੈਂ ਜਿਹੜੀ 8th ਐਵਨਿਊ ਦੀ ਲੋਕੇਸ਼ਨ ਨੂੰ ਮੈਨੇਜ ਕਰਦਾ ਤੇ ਜਿਹੜੀ ਪਾਰਕ ਸਟਰੀਟ ਵਾਲੀ ਲੋਕੇਸ਼ਨ ਹੈ ਉਹ ਲਵਪ੍ਰੀਤ ਬਾਜੀ ਮੈਨੇਜ ਕਰਦੇ ਆ। ਓਕੇ ਵੀ ਜੀ, ਤਕਰੀਬਨ ਤੁਹਾਨੂੰ ਸਾਰੇ ਦਰਸ਼ਕ ਜਾਣਦੇ ਹੀ ਨੇ, ਸਾਰਿਆਂ ਨੂੰ ਲੋੜਾਂ ਜਿਹੜੀਆਂ ਬਣਦੀਆਂ ਨੇ ਤੁਹਾਡੇ ਤੱਕ ਤੇ, ਪਰ ਫਿਰ ਵੀ ਬਹੁਤ ਸਾਰਾ ਸਟੂਡੈਂਟ ਜੋ ਹੈ ਉਹ ਨਵੇਂ ਆ ਰਹੇ ਨੇ, ਨਵੀਂ ਫੈਮਿਲੀਜ਼ ਆ ਰਹੇ ਨੇ। ਬਾਕੀ ਬੰਦਾ ਇੱਕ ਇਹ ਵੀ ਹੁੰਦਾ ਕਿ ਜਿੰਨਾ ਚਿਰ ਉਹਦੇ ਕੋਲ ਆਪਣਾ ਘਰ ਨਹੀਂ ਹੁੰਦਾ ਉਹ ਸੋਚਦਾ ਚੱਲ ਸਮਾਨ ਬਾਅਦ 'ਚ ਬਣਾ ਲਵਾਂਗੇ, ਉਹਨਾਂ ਚਿਰ ਉਸਨੂੰ ਡਿਲੇ ਕਰਦਾ। ਤੇ ਤੁਸੀਂ ਸਾਰੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਦੋਂ ਵੀ
ਇਹ ਵੀਡੀਓ ਦੇਖਣਗੇ ਤੇ ਉਹਨਾਂ ਦੇ ਮਨ ਵਿੱਚ ਇੱਕ ਚਾਅ ਜਾਗੇਗਾ ਤੇ ਮਨ ਵਿੱਚ ਇੱਕ ਖਿਆਲ ਆਏਗਾ ਵੀ ਆਪਾਂ ਗੁਰਿੰਦਰ ਦੀਪ ਸਿੰਘ ਜੀ ਹੋਰਾਂ ਦੀ ਇੰਟਰਵਿਊ ਦੇਖੀ ਸੀ ਵੀ ਚਲੀਏ ਅੱਜ ਜਿਹੜਾ ਸਮਾਨ ਹੈ ਉਹ ਆਪਾਂ ਅਫੋਰਡੇਬਲ ਮੈਟਰਸ ਐਂਡ ਫਰਨੀਚਰ ਤੇ ਜਾ ਕੇ ਲਈਏ। ਉਹ ਕਿਸੇ ਵੀ ਤੁਹਾਡੀ ਲੋਕੇਸ਼ਨ ਤੇ ਜਾਂਦੇ ਨੇ ਤੇ ਕਿਹੜਾ ਕਿਹੜਾ ਸਮਾਨ ਉੱਥੋਂ ਘਰ ਵਾਸਤੇ ਲੋਕਾਂ ਨੂੰ ਮਿਲਦਾ ਹੈ? ਜੀ ਰਾਮਸਿੰਘ ਜੀ, ਇਹ ਬਹੁਤ ਵਧੀਆ ਸਵਾਲ ਦਿੱਤਾ। ਨਵੇਂ ਲੋਕ ਆਉਂਦੇ ਨੇ ਕਿਉਂਕਿ ਦੋ ਤਰ੍ਹਾਂ ਦੀਆਂ ਚੁਆਇਸਿਸ ਹੁੰਦੀਆਂ ਲੋਕਾਂ ਦੀਆਂ। ਜਦੋਂ ਆਪਾਂ ਨਵੇਂ ਆਉਂਦੇ ਹਾਂ ਤਾਂ ਬਹੁਤ ਸਾਰੇ ਲੋਕ, ਅਸੀਂ ਵੀ ਕਰਦੇ ਰਹੇ, ਬਹੁਤ ਸਾਰੇ ਲੋਕ ਕਰਦੇ ਹਾਂ ਕਿ ਆਪਾਂ ਇੰਡੀਅਨ ਕਰੰਸੀ ਨੂੰ ਚੇਂਜ ਕਰਕੇ ਦੇ ਰਹੇ, ਕੋਈ ਮੈਟਰਸ ਲੈਣਾ ਜੇ $500 ਦਾ ਪਿਆ ਤਾਂ ਮੈਂ ਇੰਡੀਆ ਦੇ ਵਿੱਚ ਇੰਡੀਅਨ ਦਾ ਪੈ ਗਿਆ। ਤੇ ਸਾਡੇ ਕੋਲ ਇਸੇ ਕਰਕੇ ਅਸੀਂ ਸ਼ੁਰੂਆਤ ਰੱਖੀ ਹੈ ਕਿ ਹਰ ਇੱਕ ਤਰ੍ਹਾਂ ਦਾ ਫਰਨੀਚਰ, ਚਾਹੇ ਉਹਨਾਂ ਨੇ ਮੈਟਰਸ ਲੈਣਾ, ਚਾਹੇ ਸੋਫਾ ਸੈੱਟ ਲੈਣਾ, ਚਾਹੇ ਡਾਇਨਿੰਗ ਟੇਬਲ ਦਾ ਸੈੱਟ ਲੈਣਾ, ਉਹਦੀ ਲੋਐਸਟ ਡਿਜ਼ਾਈਨਾਂ ਦੇ ਵਿੱਚ ਲੋਐਸਟ ਪ੍ਰਾਈਸ ਅਸੀਂ ਅਵੇਲੇਬਲ ਕਰਵਾਉਂਦੇ ਹਾਂ, ਜਿਹਦਾ ਸਾਡਾ ਨਾਮ ਆ ਅਫੋਰਡੇਬਲ। ਪਰ ਸਾਡੀ ਪ੍ਰੋਡਕਟ ਸਾਰੇ ਜਿਹੜੇ ਆ ਉਹ ਸੁਪੀਰੀਅਰ ਕੁਆਲਿਟੀ ਦੇ ਹੁੰਦੇ ਆ। ਮੋਸਟਲੀ ਫਰਨੀਚਰ ਜਿਹੜਾ ਅਸੀਂ ਵੇਚਦੇ ਹਾਂ ਜੀ, ਉਹ ਮੇਡ ਇਨ ਕੈਨੇਡਾ ਹੀ ਆ, ਸੋ ਜ਼ਿਆਦਾਤਰ ਕੈਲਗਰੀ ਤੇ ਆਪਣੇ ਵਿਨੀਪੈਗ ਤੋਂ ਜ਼ਿਆਦਾ ਬਣ ਕੇ ਆਉਂਦਾ। ਸੋ ਜਿਹੜੇ ਜਿੱਦਾਂ ਤੁਹਾਨੂੰ ਦੱਸਿਆ ਕਿ ਅਸੀਂ ਸਟੂਡੈਂਟਸ ਵਾਸਤੇ ਸਪੈਸ਼ਲ ਡਿਸਕਾਊਂਟ ਵੀ ਆਫਰ ਕਰਦੇ ਹਾਂ, ਆਪਣੇ ਭਾਈਚਾਰੇ ਦੇ ਵਿੱਚ ਸੀਨੀਅਰ ਵਾਸਤੇ ਵੀ ਸਾਡਾ ਸਪੈਸ਼ਲ ਡਿਸਕਾਊਂਟ ਆਫਰ ਹੁੰਦੇ ਨੇ। ਓਕੇ, ਇਹਦਾ ਮਤਲਬ ਜੇ ਮੈਂ ਸਟੂਡੈਂਟ ਬਣ ਕੇ ਆਵਾਂ ਤਾਂ ਤੁਸੀਂ ਮੈਨੂੰ ਡਿਸਕਾਊਂਟ ਦੇਵੋਗੇ? ਤੁਹਾਡੇ ਕੋਲੇ ਮੇਨ ਜਿਹੜੇ ਆ ਉਹ ਬੈਡ ਹੋ ਗਏ ਨੇ, ਹਨਾ, ਉਹ ਚ ਕਿੰਗ ਸਾਈਜ਼ ਹੋ ਗਏ ਨੇ, ਸਮਾਲ ਸਾਈਜ਼ ਹੋ ਗਿਆ, ਕੁਈਨ ਸਾਈਜ਼ ਹੋ ਗਿਆ, ਮੈਟਰਸ ਹੋ ਗਏ ਨੇ, ਹਨਾ, ਤੇ ਫਿਰ ਡਾਇਨਿੰਗ ਟੇਬਲ ਹੈ, ਤੇ ਜਿਹੜੇ ਜਿਵੇਂ ਹੋਮ ਡੈਕੋਰ ਦੇ ਵਿੱਚ ਕਿਹੜਾ ਕਿਹੜਾ ਸਮਾਨ ਆਉਂਦਾ ਜੀ? ਦੇਖੋ ਜੀ, ਫਿਲਹਾਲ ਤੱਕ ਕਿਉਂਕਿ ਐਕਚੁਅਲੀ ਜਿਹੜਾ ਸਾਡਾ ਉਹ ਸਟੋਰ ਆ ਹੋਮ ਡੈਕੋਰ ਦੇ ਵਿੱਚ, ਅਸੀਂ ਕਾਫੀ ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਰਹੇ ਹਾਂ। ਫਿਲਹਾਲ ਤੱਕ ਸਾਡਾ ਥੋੜ੍ਹਾ ਜਿਹਾ ਸਟੋਕ ਜਿਹੜਾ ਉਹ ਅਸੀਂ ਘੱਟ ਮੰਨ ਕੇ ਚੱਲਦੇ ਹਾਂ, ਕਿਉਂਕਿ ਜ਼ਿਆਦਾਤਰ ਵਾਲ ਆਰਟਸ ਜਿੱਦਾਂ ਹੋਮ ਡੈਕੋਰ ਦੇ ਵਿੱਚ ਛੋਟੀਆਂ ਆਈਟਮਸ ਹੋ ਗਏ, ਤੁਹਾਡੇ ਟੇਬਲ ਡੈਕੋਰ ਹੋ ਗਏ, ਡਾਇਨਿੰਗ ਟੇਬਲ ਦੇ ਲਈ ਆਪਣੇ ਕੋਲ ਰੱਖਣ ਦੇ ਲਈ ਫੂਡ ਟ੍ਰੇਜ਼ ਹੋ ਗਈਆਂ। ਫਿਲਹਾਲ ਤੱਕ ਸਿਰਫ ਹੋਮ ਡੈਕੋਰ ਦੇ ਵਿੱਚ ਬਹੁਤ ਘੱਟ ਸਮਾਨ ਆ, ਬਟ ਆਉਂਦੇ ਦਿਨਾਂ ਦੇ ਵਿੱਚ ਜਿੱਦਾਂ ਥੋੜ੍ਹਾ COVID-19 ਕਰਕੇ ਸਲੋ ਹੋ ਗਿਆ ਸੀ, ਨਹੀਂ ਸਾਡਾ 2020 ਦੇ ਵਿੱਚ ਸਾਡਾ ਪਲਾਨ ਸੀਗਾ ਕਿ ਥੋੜ੍ਹਾ ਹੋਰ ਐਕਸਪੈਂਡ ਕਰਾਂਗੇ। ਓਕੇ, ਇੱਕ ਵੀ ਜੀ ਦਰਸ਼ਕਾਂ ਨੂੰ ਵੀ ਦੱਸੋ ਕਿ ਤੁਸੀਂ ਸਮੇਂ ਸਮੇਂ ਦੇ ਉੱਪਰ ਕੁਝ ਆਫਰਸ ਵੀ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਸਟੋਰ ਵੱਲੋਂ। ਜੀ ਜੀ, ਦੇਖੋ ਵੈਸੇ ਤਾਂ ਸਾਡੇ ਸਰਵਿਸ ਤੁਹਾਨੂੰ ਦੱਸਿਆ ਕਿ ਹਮੇਸ਼ਾ ਦਾਅ ਦਰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿੱਦਾਂ ਕੁਝ ਇੱਕ ਲੋਕਾਂ ਦੇ ਵਿੱਚ ਧਾਰਨਾ ਵੀ ਬਣੀ ਹੁੰਦੀ ਹੈ ਕਿ ਕੈਨੇਡਾ ਡੇ ਤੇ ਸਪੈਸ਼ਲ ਆਫਰ ਹੁੰਦੀ ਆ, ਬਲੈਕ ਫਰਾਈਡੇ ਆ ਗਿਆ ਜਾਂ ਬੋਕਸਿੰਗ ਡੇ ਤੇ ਸੇਲ ਹੁੰਦੀ ਆ, ਸੋ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿੰਨਾਂ ਦਿਨਾਂ ਦੇ ਸਪੈਸ਼ਲ ਆਫਰ ਦੇ ਸਕੀਏ, ਜਿੰਨਾ ਆਪਣਾ ਬੈਸਟ ਕਰਦੇ ਹਾਂ ਉਹ ਹੋਰ ਬੈਸਟ ਕਰ ਸਕੀਏ ਇਹਨਾਂ ਦਿਨਾਂ ਦੇ ਵਿੱਚ। ਓਕੇ ਵੀ ਜੀ, ਇੱਕ ਹੋਰ ਸਾਰੇ ਦਰਸ਼ਕਾਂ ਨੂੰ ਦੱਸੋ, ਜਿਸ ਤਰ੍ਹਾਂ ਕਿ ਆਮ ਆਪਾਂ ਦੇਖਦੇ ਹਾਂ ਵੱਡੇ ਸ਼ਹਿਰਾਂ ਦੇ ਵਿੱਚ, ਸਰੀ ਵਗੈਰਾ ਦੇ ਵਿੱਚ, ਕਿ ਕੁਛ ਇਸ ਤਰ੍ਹਾਂ ਦੀ ਆਫਰਸ ਹੁੰਦੀਆਂ ਹੈ ਕਿ ਜਦੋਂ ਮੰਨ ਲਓ ਸਮਾਨ ਲੈ ਜਾਓ, ਇੰਨੇ ਚਿਰ ਬਾਅਦ ਤੁਸੀਂ ਉਹਦੀ ਇੰਸਟਾਲਮੈਂਟ ਤੇ ਪੈਸੇ ਦਿਓ, ਜਾਂ ਹੋਰ ਇਸ ਤਰ੍ਹਾਂ ਦਾ ਵੀ ਕੁਛ ਤੁਹਾਡਾ ਹੈ? ਜੀ, ਸਾਡੇ ਕੋਲ ਦੋ ਆਪਸ਼ਨ ਹੁੰਦੀਆਂ ਨੇ ਜੀ। ਇੱਕ ਨੂੰ ਅਸੀਂ ਕਹਿੰਦੇ ਹਾਂ ਲੇਵੇ ਆਪਸ਼ਨ, ਉਹਦੇ ਵਿੱਚ ਤੁਸੀਂ ਸਾਨੂੰ ਕੋਈ ਮਰਜ਼ੀ ਡਿਪੋਜ਼ਿਟ ਦੇ ਦਿਓ, ਔਰ ਡਿਪੈਂਡ ਔਨ ਤੁਹਾਡੇ ਉੱਪਰ ਤੁਸੀਂ ਕਿੰਨਾ ਲੰਬਾ ਸਮਾਂ ਉਹਨੂੰ ਲਿਜਾਣਾ ਚਾਹੁੰਦੇ ਹੋ। ਉਹਦੀ ਉਸ ਆਪਸ਼ਨ ਦੇ ਵਿੱਚ ਇਹ ਹੁੰਦਾ ਜੀ ਕਿ ਤੁਸੀਂ ਫਰਨੀਚਰ ਉਦੋਂ ਤੱਕ ਨਹੀਂ ਲੈ ਜਾ ਸਕਦੇ ਜਦੋਂ ਤੁਸੀਂ ਫਾਈਨਲ ਪੇਮੈਂਟ ਨਹੀਂ ਦੇ ਦਿੰਦੇ। ਤੇ ਦੂਸਰੀ ਆਪਸ਼ਨ ਸਾਡੇ ਕੋਲ ਬੈਂਕ ਦੇ ਥਰੂ ਫਾਈਨੈਂਸਿੰਗ ਦੀ ਹੈ ਜੀ। ਉਹਦੇ ਵਿੱਚ ਅਗਰ ਤੁਸੀਂ ਫਾਈਨੈਂਸਿੰਗ ਲਈ ਅਪਰੂਵ ਹੋ ਜਾਂਦੇ ਹੋ, ਫਿਰ ਤੁਸੀਂ ਆਲਮੋਸਟ 36 ਮੰਥ ਤੱਕ, ਯਾਨੀ ਕਿ ਆਪਣੇ ਕਹਿ ਲਓ 3 ਮਹੀਨਿਆਂ ਤੱਕ ਆਪਾਂ ਜਿਹੜਾ ਸੋਰੀ 3 ਸਾਲਾਂ ਤੱਕ ਦਾ ਟਾਈਮ ਵੀ ਲੈ ਸਕਦੇ ਹਾਂ ਆਪਾਂ ਪੇ ਕਰਨ ਲਈ। ਉਸ ਵੇਲੇ ਤੁਸੀਂ ਫਰਨੀਚਰ ਰਾਈਟ ਅਵੇ ਲੈ ਸਕਦੇ ਹੋ ਤੇ ਈਜ਼ੀ ਇੰਸਟਾਲਮੈਂਟ ਦੇ ਵਿੱਚ ਪੈਸੇ ਵਾਪਸ ਕਰ ਸਕਦੇ ਹੋ। ਓਕੇ, ਮੇਰੇ ਖਿਆਲ ਦੇ ਵਿੱਚ ਜਿਹੜੇ ਖਾਸ ਤੌਰ ਤੇ ਸਾਡਾ ਸਟੂਡੈਂਟ ਤਬਕਾ ਹੈ, ਨਵੇਂ ਨੇ ਜਿਹੜੇ, ਉਹਨਾਂ ਨੂੰ ਇਹ ਬਹੁਤ ਸੋਹਣਾ। ਮੈਂ ਚਾਹਾਂਗਾ ਇਹਦੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦਿਓ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਲੈਣਾ ਚਾਹੁੰਦਾ ਜਿਹੜੀ ਬੈਂਕ ਦੀ ਅਪਰੂਵਲ ਦੇ ਥਰੂ, ਉਹਦਾ ਪ੍ਰੋਸੈਸ ਕੀ ਹੈ? ਤੁਹਾਡੇ ਉੱਥੇ ਸਟੋਰ ਤੇ ਹੀ ਪ੍ਰੋਸੈਸ ਹੋ ਜਾਂਦਾ? ਜੀ ਜੀ, ਆਪਣੇ ਕੋਲ ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਲੱਗਦੇ ਨੇ ਜੀ, ਕਿਉਂਕਿ ਇਹਦਾ ਪ੍ਰੋਸੈਸ ਬਹੁਤ ਫਾਸਟ ਹੁੰਦਾ, ਕਿਉਂਕਿ ਬੈਂਕ ਜਿਹੜੀਆਂ ਉਹ ਬੈਂਕ ਨੇ ਜਿਹੜੀਆਂ ਜ਼ਿਆਦਾਤਰ ਸਿਰਫ ਇੱਦਾਂ ਫਰਨੀਚਰ ਸਟੋਰ ਜਾਂ ਅਪਲਾਈਨ ਸਟੋਰ ਦੇ ਵਿੱਚ ਫਾਈਨੈਂਸਿੰਗ ਦੀ ਡੀਲ ਕਰਦੀਆਂ ਨੇ, ਸੋ ਇਹਦਾ ਕੋਈ ਲੈਂਥੀ ਪ੍ਰੋਸੀਜਰ ਨਹੀਂ ਹੈ ਜੀ। 4-5 ਨੋਰਮਲ ਕੁਐਸਚਨ ਹੁੰਦੇ ਆ, ਤੁਸੀਂ ਕਿੰਨਾ ਟਾਈਮ ਤੋਂ ਕੈਨੇਡਾ ਦੇ ਵਿੱਚੋਂ, ਤੁਹਾਡੀ ਅਰਨਿੰਗ ਕਿੰਨੀ ਆ, ਤੇ ਤੁਹਾਡਾ ਜੋ ਵੀ ਤੁਹਾਡਾ ਐਡਰੈਸ, ਜੇ 2 ਸਾਲ ਤੋਂ ਸੇਮ ਐਡਰੈਸ ਤੇ ਹੋ, ਬਸ ਇਹ 4-5 ਕਾਮਨ ਕੁਐਸਚਨ ਪੁੱਛਣੇ ਹੁੰਦੇ ਆ। ਹਾਂ, ਇਹ ਡਿਪੈਂਡ ਔਨ ਬੈਂਕ ਹੁੰਦਾ ਜੀ, ਕਿਉਂਕਿ ਅਪਰੂਵਲ ਆਫ ਕ੍ਰੈਡਿਟ ਲਈ ਫਾਈਨੈਂਸਿੰਗ ਅਪਰੂਵ ਹੁੰਦੀ ਹੈ। ਤੇ ਇਹਦੀ ਲਿਮਿਟ ਵਗੈਰਾ ਹੁੰਦੀ ਹੈ ਵੀ ਇੱਥੋਂ ਤੱਕ ਹੋ ਸਕਦਾ ਜਾਂ ਉਹਦੇ ਕ੍ਰੈਡਿਟ ਸਕੋਰ ਅਨੁਸਾਰ ਹੀ ਇਹ ਬਣਦੀ ਹੈ? ਜੀ, ਇਹ ਜਿੱਦਾਂ ਆਮ ਤੌਰ ਤੇ ਬੈਂਕ ਕਰਦੇ ਆ, ਹੁੰਦਾ ਉਹਨਾਂ ਦੇ ਜਿਹੜਾ ਐਪਲੀਕੈਂਟ ਹੁੰਦਾ ਉਹਦੇ ਕ੍ਰੈਡਿਟ ਦੇ ਸਕੋਰ ਤੇ ਡਿਪੈਂਡ ਕਰਦਾ। ਪਰ ਇਹਦਾ ਇਹਦਾ ਪ੍ਰੋਸੈਸ ਉਸ ਤਰ੍ਹਾਂ ਹੁੰਦਾ ਕਿ ਅਸੀਂ ਇੱਕ ਵਾਰੀ ਅਪਲਾਈ ਕਰਦੇ ਹਾਂ ਤਾਂ ਉਹ ਇੱਕ ਲਿਮਿਟ ਖੁਦ ਦਿੰਦੇ ਆ, ਲੇਕਿਨ ਜਦੋਂ ਮੰਨ ਲਓ ਤੁਸੀਂ ਆਪਣੇ ਕ੍ਰੈਡਿਟ ਸਕੋਰ ਤੇ ਅਪਲਾਈ ਕਰਦੇ ਹੋ ਤਾਂ ਉਹ ਤੁਹਾਨੂੰ ਦੇ ਸਕਦੇ ਆ ਕਿ ਤੁਹਾਨੂੰ $7,000 ਦੀ ਲਿਮਿਟ ਦੇ ਦੀ ਕਿ ਤੁਸੀਂ ਵੀ ਮੈਕਸਿਮਮ $7,000 ਤੱਕ ਦਾ ਖਰਚ ਕਰ ਸਕਦੇ ਹੋ। ਜੇ ਪਰ ਖਰਚਾ ਤੁਸੀਂ ਚਾਹੇ $100 ਦਾ ਹੀ ਕਰੋ, ਉਹਨਾਂ ਨੇ ਤੁਹਾਨੂੰ ਇੱਕ ਮੈਕਸਿਮਮ ਲਿਮਿਟ ਜ਼ਰੂਰ ਦੇਣੀ ਹੁੰਦੀ ਹੈ। ਠੀਕ ਹੈ ਜੀ, ਤੇ ਤੁਸੀਂ ਕੁਝ ਹੋਰ ਤੁਹਾਡੇ ਸਟੋਰ ਬਾਰੇ ਵਿਸ਼ੇਸ਼ ਤੌਰ ਤੇ ਦਰਸ਼ਕਾਂ
ਜੀ ਜੀ ਕਿਉਂਕਿ ਐਕਚੁਅਲੀ ਅਸੀਂ ਕੁਛ ਇੱਕ ਸਰਵਿਸ ਸਪੈਸ਼ਲ ਪ੍ਰੋਵਾਈਡ ਕਰਦੇ ਜਿਹੜਾ ਸਿਰਫ ਰਜਾਇਨਾ ਦੇ ਵਿੱਚ ਸਾਡਾ ਇੱਕੋ ਇੱਕ ਸਟੋਰ ਸਾਡੇ ਤੋਂ ਇੱਕੋ ਇੱਕ ਕੰਪਨੀ ਹੈ ਜਿਹੜੀ ਸਰਵਿਸ ਪ੍ਰੋਵਾਈਡ ਕਰਦੇ ਹੈ ਜੀ ਕਿਉਂਕਿ ਸਾਡੇ ਤੋਂ ਤੁਸੀਂ ਚਾਹੇ $10 ਦੀ ਚੀਜ਼ ਲਓ ਚਾਹੇ 10,000 ਦਾ ਫਰਨੀਚਰ ਲਓ ਰਜਾਇਨਾ ਦੇ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਹੋ ਅਸੀਂ ਫ੍ਰੀ ਡਿਲੀਵਰ ਕਰਦੇ ਹਾਂ ਜੀ ਕਿਉਂਕਿ ਮੋਸਟਲੀ ਸਟੋਰ 100 to 150 ਚਾਰਜਿਸ ਹੁੰਦੇ ਹੈ ਜੀ ਤੇ ਦੂਸਰਾ ਅਸੀਂ ਜਿਹੜਾ ਉਹ ਫਰਨੀਚਰ ਡਿਲੀਵਰ ਕਰਦੇ ਹਾਂ ਉਹ ਫ੍ਰੀ ਅਸੈਂਬਲ ਵੀ ਕਰਕੇ ਦਿੰਦੇ ਹਾਂ ਓਕੇ ਇੰਸਟਾਲ ਵੀ ਕਰ ਦਿੰਦੇ ਹਾਂ ਅਸੈਂਬਲ ਵੀ ਕਰ ओके बहुत अच्छे जी बड़ी सोहनी सोहनी जानकारी तुसी दित्ती गुरिंदर दीप सिंह तुहानू बहुत सारे दर्शक जानते हैं क्योंकि जो मैं नौजवानों च विचरना तो बड़े प्यारे तुहाडा नाम लैंदे ने तकरीबन मैं जो कि कार जिहड़े डीलर ने वह उत्थे गया तो उत्थे भी तुहाडा जिक्र होया है ना होर थावां ते जो जाने एक बार यूनिवर्सिटी के स्टूडेंट मिलते हैं वह भी तुहानू इस तरह जानते हैं ਕਾਲੀਵੀਰ ਜੀ ਹੋਣੀ ਤੁਹਾਡੇ ਬਾਰੇ ਬੜਾ ਦੱਸਦੇ ਰਹਿੰਦੇ ਨੇ ਤੁਹਾਡੀ ਬੜੀ ਪ੍ਰੇਜ਼ ਕਰਦੇ ਨੇ ਹਨਾ ਤੇ ਸ਼ੁਕਰ ਵਾਹਿਗੁਰੂ ਦਾ ਵੀ ਜੀ ਮੇਰੀ ਅਰਦਾਸ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਕਾਰੋਬਾਰ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੁਸੀਂ ਇੱਕ ਪੰਜਾਬ ਦੇ ਵਿੱਚੋਂ ਉੱਠੇ ਇੱਕ ਨੌਜਵਾਨ ਪੰਜਾਬ 'ਚ ਆਉਂਦਾ ਹੈ ਕੈਨੇਡਾ ਵਿੱਚ ਆਉਂਦਾ ਹੈ ਕੈਨੇਡਾ 'ਚ ਆ ਕੇ ਆਪਣਾ ਸਟੋਰ ਖੋਲਦਾ ਹੈ ਤੇ ਬੜੀ ਇੱਕ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਵੀ ਕੋਈ ਵੀ ਆਪਣੀ ਹੋਮ ਕੰਟਰੀ ਤੋਂ ਆ ਕੇ ਦੂਸਰੀ ਥਾਂ ਦੇ ਉੱਪਰ ਆਪਣਾ ਨਾਮ ਬਣਾਉਂਦਾ ਹੈ ਉਹ ਬੜੇ ਸੰਘਰਸ਼ ਵਿੱਚੋਂ ਦੀ ਲੰਘਦਾ ਹੈ ਸੰਘਰਸ਼ ਵਿੱਚੋਂ ਦੀ ਲੰਘਣ ਤੋਂ ਬਾਅਦ ਫਿਰ ਉਹ ਉਹਦਾ ਇੱਕ ਨਾਮ ਬਣਦਾ ਹੈ ਤੇ ਸਾਰੀ ਕਮਿਊਨਿਟੀ ਵਾਲਿਆਂ ਨੂੰ ਇਸ ਦੀ ਅਪਣੱਤ ਜਾਗਦੀ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਬਹੁਤ ਸਾਰੇ ਸਟੂਡੈਂਟ ਆਪਣੇ ਇੱਥੇ ਕੈਨੇਡਾ ਆ ਰਹੇ ਨੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੈਸੇ ਰਾਮ ਸਿੰਘ ਜੀ ਵੈਸੇ ਅੱਜ ਕੱਲ੍ਹ ਬੱਚੇ ਬਹੁਤ ਸਿਆਣੇ ਨੇ ਤੇ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਉੱਥੋਂ ਕੋਈ ਬਹੁਤ ਮਿਹਨਤ ਨਾਲ ਤਿਆਰ ਹੋ ਕੇ ਬਹੁਤ ਪੜ੍ਹਾਈ ਕਰਕੇ ਫਿਰ ਇੱਧਰ ਆਉਂਦੇ ਨੇ ਪਰ ਜਿੱਥੇ ਤੱਕ ਪਿਛਲਾ ਕੁਛ ਇੱਕ ਸਮਾਂ ਕੁਛ ਏਦਾਂ ਦਾ ਆਇਆ ਸੀਗਾ ਕਿ ਜਿੱਦਾਂ ਸਾਡੇ ਨਵੇਂ ਆਉਂਦੇ ਸੀਗੇ ਤਾਂ ਫਿਰ ਜਿੱਦਾਂ ਅਸੀਂ ਆ ਕੇ ਇੱਕਦਮ ਕੁਛ ਜ਼ਿਆਦਾ ਇੱਥੋਂ ਦੀ ਚੱਕਾ ਚੋਣ ਤੋਂ ਪ੍ਰਭਾਵਿਤ ਬਹੁਤ ਜਲਦੀ ਹੋ ਜਾਂਦੇ ਹਾਂ ਫਿਰ ਅਸੀਂ ਐਕਸਪੈਂਡੀਚਰ ਆਪਣਾ ਵਧਾ ਲੈਂਦੇ ਹਾਂ ਸੋ ਸਾਡੇ ਕੋਲ ਤਾਂ ਚਾਹੇ ਸਾਡਾ ਸਮਾਨ ਲੈਣ ਹੀ ਆਵੇ ਆਉਂਦਾ ਜਾਂ ਸਾਡੇ ਫਰੈਂਡ ਸਰਕਲ ਦੇ ਵਿੱਚ ਜਦੋਂ ਵੀ ਆਉਂਦੇ ਆ ਅਸੀਂ ਉਹਨਾਂ ਨੂੰ ਸਲਾਹ ਕਹਿ ਦਿਓ ਮੈਸੇਜ ਕਹਿ ਦਿਓ ਇਹ ਦੇਈਦੀ ਹੈ ਕਿ ਘੱਟੋ ਘੱਟ ਐਟਲੀਸਟ ਇੱਕ ਸਾਲ ਤੱਕ ਤੁਹਾਨੂੰ ਬਹੁਤ ਸੰਭਲ ਕੇ ਚੱਲਣ ਦਾ ਸਮਾਂ ਹੁੰਦਾ ਤੁਹਾਡੇ ਲਈ ਕਿਉਂਕਿ ਤੁਸੀਂ ਆ ਕੇ ਉੱਥੇ ਸੋਚ ਕੇ ਆਏ ਹੁੰਦੇ ਹੋ ਕਿ ਖਰਚੇ ਵੀ ਪੂਰੇ ਕਰਦੇ ਹਾਂ ਫੀਸਾਂ ਵੀ ਪੇ ਕਰਦੇ ਹਾਂ ਕਈ ਬੱਚਿਆਂ ਦੇ ਹੁੰਦਾ ਕਿ ਛੇਤੀ ਅਸੀਂ ਇੰਡੀਆ ਤੋਂ ਵੀ ਪੈਸੇ ਵਾਪਸ ਭੇਜ ਦਈਏ ਸੋ ਕੁਛ ਟੀਚਿਆਂ ਦੇ ਨਾਲ ਨਾਲ ਸਾਨੂੰ ਇਹ ਹੁੰਦਾ ਕਿ ਅਸੀਂ ਹਮੇਸ਼ਾ ਸਲਾਹ ਦਿੰਦੇ ਕਿ ਸੰਭਲ ਕੇ ਚੱਲੋ ਬਾਕੀ ਮਿਹਨਤ ਦਾ ਪੱਲਾ ਨਾ ਛੱਡੋ ਕਿਉਂਕਿ ਮਿਹਨਤ ਹਰੇਕ ਚੀਜ਼ ਦੀ ਜਿਹੜੀ ਸਾਨੂੰ ਕਹਿੰਦੇ ਸਫਲਤਾ ਦੀ ਕੁੰਜੀ ਹੁੰਦੀ ਹੈ ਸੋ ਜਿੰਨਾ ਤੁਸੀਂ ਜ਼ਿਆਦਾ ਮਿਹਨਤ ਕਰੋਗੇ ਓਨਾ ਹੀ ਜ਼ਿਆਦਾ ਕਾਮਯਾਬ ਹੋਵੋਗੇ ਇਹਨਾਂ ਦੇਸ਼ਾਂ ਨੇ ਸਾਨੂੰ ਇਹ ਜ਼ਰੂਰ ਸਿਖਾਤਾ ਕਿ ਤੁਸੀਂ ਕਦੇ ਇਹ ਨਾ ਸੋਚੋ ਕਿ ਤੁਹਾਨੂੰ ਇਹ ਸੈਟਲੋ 10 ਸਾਲ ਲੱਗ ਜਾਣਗੇ ਜਾਂ 15 ਕਈ ਵਾਰੀ ਬੰਦਾ ਹੁੰਦਾ ਕਿ ਜਿੱਦਾਂ ਅਸੀਂ ਅੱਜ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਮੈਂ 2014 ਚ ਆਇਆ ਤੇ ਆਪਣਾ ਬਿਜ਼ਨਸ ਮੈਂ 2016 ਚ ਸਟਾਰਟ ਕਰ ਲਿਆ ਸੀ ਸੋ ਅਸੀਂ ਇਹ ਸੋਚ ਸਕਦੇ ਕਿ ਅਗਰ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਨੀਅਤ ਸਾਫ਼ ਹੈ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਸੋ ਦਿਲ ਨਹੀਂ ਛੱਡਣਾ ਚਾਹੀਦਾ ਕੁਛ ਵੀ ਹੁੰਦਾ ਚੰਗਾ ਮਾੜਾ ਸਮਾਂ ਹਰੇਕ ਤੇ ਆਉਂਦਾ ਸਾਡੇ ਤੇ ਵੀ ਕਦੇ ਆਇਆ ਹੋਊਗਾ ਜਾਂ ਨਵੇਂ ਆਉਣ ਵਾਲੇ ਹੋਣਗੇ ਜਿਹੜੇ ਅੱਜ ਆ ਰਹੇ ਆ ਉਹ ਉਹਨਾਂ ਲਈ ਪ੍ਰੇਰਨਾ ਸਰੋਤ ਬਣਨਗੇ ਕਿ ਅਸੀਂ ਕਿੱਦਾਂ ਸੰਭਾਲਿਆ ਕਿੱਦਾਂ ਨਵਾਂ ਸੰਭਾਲਿਆ ਕਿੱਦਾਂ ਅੱਗੇ ਅਸੀਂ ਜਿਹੜੇ ਆ ਰਹੇ ਆ ਉਹਨੂੰ ਗਾਈਡ ਕਰਾਂਗੇ ਸੋ ਮੇਰੀ ਤਾਂ ਇਹ ਸਲਾਹ ਕਿ ਥੋੜਾ ਸੰਭਲ ਕੇ ਚੱਲਣ ਤੇ ਕਦੇ ਵੀ ਆਪਣੇ ਮਨ 'ਚ ਪੜਤਣ ਨਹੀਂ ਲਿਆਉਣੀ ਕਿ ਪਹਿਲਾਂ ਆਇਆ ਕੋਈ ਉਹ ਇੱਦਾਂ ਕਰ ਗਿਆ ਜਾਂ ਅਸੀਂ ਨਵੇਂ ਆਏ ਹਾਂ ਸੋ ਨਵਾਂ ਪੁਰਾਣਾ ਕੋਈ ਨਹੀਂ ਅਸੀਂ ਸਾਰੇ ਇੱਕੋ ਹੀ ਕੰਟਰੀ ਤੋਂ ਆਏ ਹਾਂ ਤੇ ਇੱਕ ਹੀ ਕੰਟਰੀ 'ਚ ਆ ਗਏ ਹਾਂ ਸੋ ਅਸੀਂ ਇਹ ਸਲਾਹ ਕਰਾਂਗੇ ਕਿ ਜਦੋਂ ਵੀ ਕਿਸੇ ਨੂੰ ਸਾਡੀ ਸਲਾਹ ਦੀ ਜਾਂ ਸਾਡੀ ਮਦਦ ਦੀ ਲੋੜ ਆ ਸਾਨੂੰ ਜ਼ਰੂਰ ਸੰਪਰਕ ਕਰੋ ਜਾਂ ਕਿਸੇ ਵੀ ਸਿਆਣੇ ਨਾਲ ਸਲਾਹ ਜ਼ਰੂਰ ਕਰੋ ਬਹੁਤ ਅੱਛੇ ਵੀਰ ਜੀ ਮੈਂ ਵੀ ਇੱਥੇ ਗੱਲ ਕਹਿਣੀ ਚਾਹਾਂਗਾ ਸਾਰੇ ਜਿਹੜਾ ਸਾਡਾ ਯੂਥ ਹੈ ਕਿਉਂਕਿ ਇਹ ਉਹ ਕੰਟਰੀ ਹੈ ਜਾਂ ਇੱਥੋਂ ਦਾ ਗਵਰਨਮੈਂਟ ਜੋ ਸਿਸਟਮ ਹੈ ਜੋ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਸਟਰਕਚਰ ਹੈ ਕਿਸੇ ਵੀ ਤਰ੍ਹਾਂ ਦਾ ਜੋ ਟੈਲੈਂਟ ਹੈ ਨਾ ਉਸ ਟੈਲੈਂਟ ਨੂੰ ਸਪੋਰਟ ਬਹੁਤ ਦਿੰਦਾ ਇੱਥੋਂ ਦਾ ਕਲਚਰ ਸ਼ਾਇਦ ਸਾਡੀ ਹੋਮ ਕੰਟਰੀ ਦੇ ਵਿੱਚ ਟੈਲੈਂਟ ਜਿਹੜਾ ਹੈ ਉਹਨੂੰ ਉੱਥੋਂ ਸਪੋਰਟ ਨਹੀਂ ਮਿਲਦੀ ਤੇ ਇੱਥੇ ਸਪੋਰਟ ਬਹੁਤ ਮਿਲ ਰਹੀ ਹੈ ਤੇ ਹਰ ਨੌਜਵਾਨ ਇੱਕ ਕੋਸ਼ਿਸ਼ ਕਰੇ ਕਿ ਸਟਾਰਟਿੰਗ ਤੇ ਸੰਘਰਸ਼ ਆਉਂਦੇ ਨੇ ਜਿਹੋ ਜਿਹੇ ਮਰਜ਼ੀ ਹਾਲਾਤ ਬਣਨ ਇੱਕ ਤੇ ਆਪਾਂ ਵਾਰ ਕੇ ਮਿਹਨਤ ਕਰੇ ਇਮਾਨਦਾਰੀ ਨਾਲ ਮਿਹਨਤ ਕਰੇ ਔਰ ਆਈਕੋਨ ਬਣੇ ਤਾਂ ਕਿ ਜਦੋਂ ਆਈਕੋਨ ਬਣੇਗਾ ਤੇ ਸਾਡੇ ਵਿੱਚੋਂ ਦੀ ਹੀ ਸਿੱਖ ਕਮਿਊਨਿਟੀ ਨੂੰ ਦੁਨੀਆਂ ਨੇ ਦੇਖਣਾ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਮੇਰਾ ਤੇ ਫੋਕਸ ਹੀ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਖਾਸ ਤੌਰ ਤੇ ਬੱਚੇ ਜਿਹੜੇ ਨੇ ਟੀਨੇਜਰਸ ਨੇ ਉਹਨਾਂ ਦੇ ਅੰਦਰ ਆਪਾਂ ਸਿੱਖੀ ਵਿਰਸੇ ਦੇ ਸੰਸਕਾਰ ਭਰ ਸਕੀਏ ਤਾਂ ਕਿ ਉਹ ਜੜਾਂ ਨਾਲ ਜੁੜੇ ਰਹਿ ਸਕਣ ਅੱਜ ਤਾਂ ਇਹ ਗੱਲ ਜਗ ਜਾਹਰ ਸਾਨੂੰ ਕੁਦਰਤ ਨੇ ਸਿਖਾ ਦਿੱਤੀ ਹੈ ਕਿ ਉਹੀ ਬ੍ਰਿਕਸ਼ ਹਰੇ ਭਰੇ ਰਹਿੰਦੇ ਨੇ ਉਹਨਾਂ ਬ੍ਰਿਕਸ਼ਾਂ ਦੀ ਛਾਂ ਹੁੰਦੀ ਹੈ ਤੇ ਉਹੀ ਫਲ ਵੰਡਦੇ ਨੇ ਰਸ ਦਿੰਦੇ ਨੇ ਜਿਹੜੇ ਜੜਾਂ ਨਾਲ ਜੁੜੇ ਰਹਿ ਜਾਂਦੇ ਨੇ ਜੜ ਤੋਂ ਟੁੱਟ ਕੇ ਬ੍ਰਿਕਸ਼ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਉਹਨੇ ਫਲ ਤਾਂ ਕੀ ਮੰਨਣੇ ਨੇ ਛਾਂ ਤਾਂ ਕੀ ਮੰਨਣੀ ਹੈ ਉਹ ਆਪਣੀ ਹੋਂਦ ਵੀ ਗਵਾ ਲੈਂਦਾ ਆਪਾਂ ਇਹਨਾਂ ਦੇਸ਼ਾਂ ਵਿੱਚ ਆਏ ਹਾਂ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸਾਡੇ ਅਸਲੀ ਜੜਾਂ ਸਿੱਖੀ ਵਿਰਸੇ ਨਾਲ ਜੁੜੇ ਰਹੇ ਤੇ ਇਸ ਇੰਟਰਵਿਊ ਰਾਹੀਂ ਵੀ ਬੀਬੀ ਕਿਉਂਕਿ ਇੰਟਰਵਿਊ ਮੈਨੂੰ ਪਤਾ ਹੈ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਨੇ ਦੇਖਣੀ ਹੈ ਤੁਹਾਡੇ ਰਿਸ਼ਤੇਦਾਰਾਂ ਨੇ ਦੇਖਣੀ ਹੈ ਤੇ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਾਂਗਾ ਕਿ ਕੋਵਿਡ 19 ਤੋਂ ਬਾਅਦ
ਜਿਹੜੀ ਹੈ ਉਹ ਜਿਹੜੀ ਅਕੈਡਮੀ ਦੀਆਂ ਅਸੀਂ ਕਲਾਸਿਸ ਜਿਹੜੀਆਂ ਫਿਜ਼ੀਕਲੀ ਸ਼ੁਰੂ ਕਰਾਂਗੇ, ਇਸ ਵੇਲੇ ਆਨਲਾਈਨ ਕਲਾਸਿਸ ਚੱਲਦੀਆਂ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਕਲਾਸਾਂ ਵਿੱਚ ਜ਼ਰੂਰ ਭੇਜਣਾ ਵੀ ਗੁਰੂ ਬਾਤ ਜੀ। ਜਿੰਨੀ ਛੇਤੀ ਇਹ ਬਿਜ਼ਨਸ ਸ਼ੁਰੂ ਹੋਏ ਨੇ ਉਨਾ ਜ਼ਿਆਦਾ ਸਮਾਂ ਇਹਨਾਂ ਨੂੰ ਜਦੋਂ ਸੰਭਾਲਣ ਦੇ ਲਾਉਣਾ ਪੈ ਰਿਹਾ ਤੇ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸਾਨੂੰ ਵੀ ਕਿ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਜਾਂ ਉਹ ਚੀਜ਼ਾਂ ਨਹੀਂ ਸਿਖਾ ਪਾ ਰਹੇ ਤੁਸੀਂ ਚਾਹੁੰਦੇ ਹੋ ਕਿ ਉਹ ਸਿੱਖਣ। ਸੋ ਅਸੀਂ ਤੁਹਾਡੀ ਬਹੁਤ ਪ੍ਰੇਰਿਤ, ਮੈਂ ਪਹਿਲਾਂ ਘਰੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆਪਣੇ ਫਰੈਂਡਸ ਤੇ ਵੀ ਹੁੰਦਾ ਕਿ ਚਲੋ ਅਗਰ ਕਿਸੇ ਨੇ ਇਹਨਾਂ ਉਪਰਾਲਾ ਸ਼ੁਰੂ ਕੀਤਾ ਤਾਂ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਤੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਨੌਵੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਇਹਨਾਂ ਕਲਾਸਿਸ ਦੇ ਵਿੱਚ ਚਾਹੇ ਆਨਲਾਈਨ ਜਾਂ ਫਿਜ਼ੀਕਲ ਕਲਾਸ ਜਦੋਂ ਵੀ ਸਟਾਰਟ ਹੁੰਦੀਆਂ ਨੇ ਜਿੰਨਾ ਸਮਾਂ ਵੀ ਭੇਜ ਸਕੀਏ ਜ਼ਰੂਰ ਭੇਜੀਏ। ਬਹੁਤ ਧੰਨਵਾਦ ਵੀਰ ਜੀ, ਤੁਹਾਡੇ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ, ਤੁਹਾਡੇ ਇਸ ਤਰ੍ਹਾਂ ਦੇ ਕਮੈਂਟਸ ਨੇ ਸੱਚੀ ਮੇਰੇ ਲਈ ਇੱਕ ਅਸੀਸਾਂ ਵੀ ਬਣਦੇ ਨੇ, ਅੰਦਰੋਂ ਹੌਸਲਾ ਵੀ ਦਿੰਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਆ ਕੇ ਅੱਜ ਸਾਰੇ ਦਰਸ਼ਕਾਂ ਦੇ ਮੋਬਾਈਲ ਫੋਨਾਂ ਰਾਹੀਂ ਤੁਸੀਂ ਦਰਵਾਜ਼ੇ ਤੇ ਦਸਤਕ ਦਿੱਤੀ ਹੈ। ਮੈਂ ਉਮੀਦ ਕਰਦਾ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਤੁਹਾਡੇ ਨਾਲ ਸੰਪਰਕ ਕਰਨਗੇ। ਵੀਰ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਿਆਰੇ ਵੀਰ ਗੁਰਿੰਦਰ ਦੀਪ ਸਿੰਘ ਜੀ, ਜਿਨ੍ਹਾਂ ਦਾ ਅਫੋਰਡੇਬਲ ਮੈਟਰਸ ਐਂਡ ਫਰਨੀਚਰ ਦੇ ਦੋ ਲੋਕੇਸ਼ਨ ਹਨ, ਜਿਨ੍ਹਾਂ ਬਾਰੇ ਉਹਨਾਂ ਨੇ ਵਿਸਥਾਰ ਸਾਹਿਬ ਜਾਣਕਾਰੀ ਦਿੱਤੀ ਹੈ। ਤੇ ਮੈਂ ਸਾਰੇ ਸੱਜਣਾਂ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਲਾਹੇ ਪ੍ਰਾਪਤ ਕੀਤੇ ਜਾਣ। ਤੇ ਇਹ ਜੋ ਸੀਰੀਜ਼ ਕੰਟੀਨਿਊਸ ਹਫ਼ਤਾਵਾਰੀ ਸੀਰੀਜ਼ ਚੱਲ ਰਹੀ ਹੈ, ਇਹ ਕਮਿਊਨਿਟੀ ਦੀ ਸੇਵਾ ਵਾਸਤੇ ਹੈ, ਇਹਦੇ ਵਿੱਚ ਕੋਈ ਚਾਰਜਸ ਨਹੀਂ ਹੈ। ਤਕਰੀਬਨ ਕਮਿਊਨਿਟੀ ਦੀ ਸੇਵਾ ਵਾਸਤੇ ਬਿਲਕੁਲ ਫ੍ਰੀ ਰਿਕਾਰਡਿੰਗ ਹੈ। ਕੋਈ ਵੀ ਕਿਸੇ ਵੀ ਕਿਸਮ ਦੇ ਕਾਰੋਬਾਰ ਦੇ ਪ੍ਰਤੀ ਜਾਣਕਾਰੀ ਦੇਣ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਸਰਵਿਸਿਸ ਪ੍ਰੋਵਾਈਡ ਕਰਦੇ ਨੇ, ਉਹ ਆਪਣੀ ਇੰਟਰਵਿਊ ਰਿਕਾਰਡ ਕਰਾਉਣਾ ਚਾਹੁੰਦੇ ਨੇ, ਤਾਂ ਉਹ ਕਿਸੇ ਵੇਲੇ ਵੀ ਮੇਰੇ ਵਟਸਐਪ ਜਿਹੜਾ ਨੰਬਰ ਦੇ ਉੱਪਰ 6395904464 ਦੇ ਉੱਪਰ ਵਟਸਐਪ ਮੈਸੇਜ ਕਰ ਸਕਦੇ ਨੇ ਤੇ ਆਪਾਂ ਡੇਟ ਫਿਕਸ ਕਰਕੇ ਤੁਹਾਡੀ ਰਿਕਾਰਡਿੰਗ ਜਿਹੜੀ ਕਰਕੇ ਉਹ ਇੰਟਰਵਿਊ ਜਿਹੜੀ ਪਬਲਿਸ਼ ਕਰ ਦੇਵਾਂਗੇ। ਤੇ ਨਾਲ ਮੈਂ ਇੱਕ ਸਪਸ਼ਟ ਬੇਨਤੀ ਕਰ ਦੇਵਾਂ, ਭਾਵੇਂ ਕਿਸੇ ਦੇ ਨਾਲ ਮੇਰੇ ਮਾਨਸਿਕ ਮਤਭੇਦ ਹੋਣ, ਚਾਹੇ ਕਿਸੇ ਦੇ ਨਾਲ ਮੇਰੇ ਵਿਚਾਰ ਨਹੀਂ ਲੜਦੇ, ਚਾਹੇ ਕਿਸੇ ਨੇ ਮੈਨੂੰ ਸਹਿਯੋਗ ਦਿੱਤਾ, ਚਾਹੇ ਕਿਸੇ ਨੇ ਮੇਰਾ ਵਿਰੋਧ ਕੀਤਾ, ਚਾਹੇ ਕਿਸੇ ਨੇ ਪ੍ਰੇਜ਼ ਕੀਤੀ ਹੈ, ਚਾਹੇ ਕਿਸੇ ਨੇ ਨਿੰਦਾ ਕੀਤੀ ਹੈ, ਉਹਨਾਂ ਗੱਲਾਂ ਨੂੰ ਨਾ ਤੁਸੀਂ ਮਨ ਤੇ ਲਾਇਓ ਤੇ ਨਾ ਮੈਂ ਮਨ ਤੇ ਲਾਵਾਂ। ਇਹ ਕਮਿਊਨਿਟੀ ਦੀ ਸੇਵਾ ਵਾਸਤੇ ਹੈ। ਕੋਈ ਵੀ ਵਿਅਕਤੀ ਉਹਦੇ ਪਾਸਟ ਦੇ ਵਿੱਚ ਜੋ ਕੁਛ ਵੀ ਹੈ, ਮੈਂ ਉਸਨੂੰ ਕਦੀ ਵਿੱਚ ਨਹੀਂ ਲਿਆਵਾਂਗਾ। ਆਪਾਂ ਜਿਤਨੇ ਵੀ ਏਸ਼ੀਅਨ ਕਮਿਊਨਿਟੀ ਦੇ ਹਾਂ, ਭਾਵੇਂ ਉਹ ਇੰਡੀਆ ਤੋਂ ਨੇ, ਭਾਵੇਂ ਉਹ ਪਾਕਿਸਤਾਨ ਤੋਂ ਨੇ, ਸਾਰਿਆਂ ਦੀ ਇੰਟਰਵਿਊ ਜਿਹੜੀ ਹੈ ਅਸੀਂ ਕੈਂਟਰੀ ਗੇਟ ਬਣਾ ਦਿੱਤਾ ਹੈ, ਤਾਂ ਕਿ ਸਾਡੇ ਗੁਰੂ ਗਿਆਨ ਯੂਟਿਊਬ ਚੈਨਲ ਦੇ ਉੱਪਰ ਜਾ ਕੇ ਜਦੋਂ ਦਸਤਕ ਤੁਹਾਡੇ ਦਰਵਾਜ਼ੇ ਉੱਤੇ ਜਿਹੜੀ ਪਲੇਲਿਸਟ ਤੇ ਜਾਏਗਾ ਤੇ ਸਾਰੇ ਪਿਆਰਾਂ ਦੀ ਜਾਣਕਾਰੀ ਉੱਥੋਂ ਮਿਲੇਗੀ। ਉੱਥੇ ਜਿਹੜੀ ਹੈ ਉਹਨਾਂ ਦੀ ਇੰਟਰਵਿਊ ਤੁਸੀਂ ਦੇਖ ਸਕੋਗੇ, ਉਹਨਾਂ ਦੇ ਕੰਟੈਕਟਸ ਦੇਖ ਸਕੋਗੇ ਤੇ ਉਹਨਾਂ ਨਾਲ ਸੰਪਰਕ ਕਰ ਸਕੋਗੇ, ਤਾਂ ਕਿ ਹਰ ਸਿੱਖ ਦੂਸਰੇ ਸਿੱਖ ਦੇ ਕੰਮ ਆਵੇ, ਹਰ ਇੰਡੀਅਨ ਦੂਸਰੇ ਇੰਡੀਅਨ ਦੇ ਕੰਮ ਆਵੇ, ਹਰ ਆਪਾਂ ਇੱਕ ਦੂਸਰੇ ਦੇ ਪੂਰਕ ਬਣੀਏ, ਇੱਕ ਦੂਸਰੇ ਦੇ ਸਹਿਯੋਗੀ ਬਣੀਏ। ਸੱਚ ਜਾਣਿਓ, ਜਿਸ ਦਿਨ ਅਸੀਂ ਇੱਕ ਦੂਸਰੇ ਦੇ ਸਹਿਯੋਗੀ ਬਣਨਾ ਸ਼ੁਰੂ ਕਰ ਦਿੱਤਾ, ਇੱਕ ਦੂਸਰੇ ਦੇ ਪੂਰਕ ਬਣਨਾ ਸ਼ੁਰੂ ਕਰ ਦਿੱਤਾ, ਸੋਨੇ ਤੇ ਸੁਹਾਗਾ ਹੋਏਗਾ ਤੇ ਇਹਦੇ ਵਿੱਚੋਂ ਇਹ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹਦੇ ਕ੍ਰਿਸ਼ਮੇ ਨਿਕਲਣਗੇ। ਅਗਲੇ ਹਫ਼ਤੇ ਫਿਰ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਦੇ ਲਈ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।